ਤੇ ਵੀਰੋ ਰਾਤ ਨੂੰ ਨਾ ਆਪਣੀ ਆਹ ਗਾਂ ਦਾ ਸੀ ਜਿਹੜਾ ਸੂਆ ਪਿਆ ਗਾ ਤੇ ਆਹ ਇਹਦਾ ਬੱਚਾ ਆਇਆ ਗਾ, ਫੀਮੇਲ ਬੱਚਾ ਗਾ। ਤੇ ਭਰਾਵਾ ਜਦੋਂ ਆਪਾਂ ਮਤਲਬ ਸਵੇਰੇ ਉੱਠੇ ਆਂਗੇ ਤਾਂ ਜਿਹੜਾ ਬੱਚਾ ਸੀਗਾ ਇਹ ਬਾਹਰ ਸੀਗਾ। ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਲਈਏ ਤੇ ਜੇ ਇਹੀ ਗਾਂ ਮਤਲਬ ਜਾਂ ਹੀਫਰ ਸੂਰੀ ਹੁੰਦੀ ਆਪਣੇ ਸਾਹਮਣੇ ਤਾਂ ਥੋੜ੍ਹੀ ਜਿਹੀ ਭਰਾਵਾ ਆਪਾਂ ਉੱਥੇ ਨਾ ਜਲਦਬਾਜ਼ੀ ਕਰਨ ਲੱਗ ਜਾਂਦੇ ਹੈਗੇ ਵੀ ਮਤਲਬ ਜਿਹੜੇ ਗਾਂ ਨੂੰ ਸਵਾਉਣ ਲੱਗ ਜਾਂਦੇ ਹੈਗੇ, ਉਹ ਹੈਗਾ ਗਲਤ ਮੈਥਡ। ਕਿਉਂਕਿ ਇੱਕ ਕੁਦਰਤੀ ਨੈਚੁਰਲੀ ਪ੍ਰੋਸੈਸ ਇਹ ਹੁੰਦਾ ਗਾ ਵੀ ਗਾਂ ਦਾ ਜ਼ੋਰ ਲੱਗਣਾ ਬਹੁਤ ਜ਼ਰੂਰੀ ਹੁੰਦਾ ਗਾ, ਚਾਹੇ ਉਹ ਹੀਫਰ ਆ ਗਈ, ਥੋੜ੍ਹਾ ਟਾਈਮ ਜੇ ਜ਼ੋਰ ਆ ਜਿਹੜਾ ਲੱਗਣਾ ਜ਼ਰੂਰੀ ਹੁੰਦਾ ਗਾ। ਜੇ ਆਪਾਂ ਜ਼ਿਆਦਾ ਖਿੱਚਾਤਾਨੀ ਕਰਦੇ ਹਾਂਗੇ ਜਦੋਂ ਉਦੋਂ ਬੱਚੇਦਾਨੀ 'ਤੇ ਇਫੈਕਟ ਪੈਂਦਾ ਗਾ। ਮਤਲਬ ਜੇ ਕਈ ਵਾਰੀ ਚਲੋ ਪਹਿਲਣਾ ਹੁੰਦੇ ਨੇਗੇ, ਬੱਚੇ ਹੈਵੀ ਹੁੰਦੇ ਨੇਗੇ, ਆਪਾਂ ਨੂੰ ਨਾਲ ਲੱਗਣਾ ਵੀ ਪੈਂਦਾ ਗਾ, ਪਰ ਤੁਸੀਂ ਨੇ ਕਰਨਾ ਕੀ ਹੈਗਾ ਜਦੋਂ ਹੀਫਰ ਜਾਂ ਗਾਂ ਜਦੋਂ ਉਹ ਆਪ ਜ਼ੋਰ ਮਾਰੇ ਉਦੋਂ ਆਪਣੇ ਜ਼ੋਰ ਲਾਉਣਾ ਗਾ। ਫਿਲਹਾਲ ਚਾਹੇ ਆਪਣੀ ਪਹਿਲਣਾ ਗੀ ਥੋੜ੍ਹਾ ਟਾਈਮ ਆ ਜਿਹੜਾ ਉਹਦਾ ਜ਼ੋਰ ਲੱਗਣ ਦਿਆ ਕਰੋ, ਨੈਚੁਰਲੀ ਪ੍ਰੋਸੈਸ ਜ਼ਰੂਰੀ ਹੈਗਾ ਇਹ। ਅਤੇ ਆਪਾਂ ਵੀ ਭਰਾ ਜਦੋਂ ਆਪਣੇ ਸਾਹਮਣੇ ਮਤਲਬ ਇਹ ਗਾਂ ਜਾਂ ਕੋਈ ਵੀ ਹੀਫਰ ਗਾਂ ਸੂਰੀ ਹੁੰਦੀ ਹੈਗੀ, 10-15 ਮਿੰਟ ਆਪਾਂ ਉਹਦੇ ਮਤਲਬ ਬਿਲਕੁਲ ਵੀ ਕੋਲ ਨਹੀਂ ਜਾਂਦੇ ਹੈਗੇ, ਉਸ ਤੋਂ ਬਾਅਦ ਜ਼ਰੂਰ ਚਲੋ ਆਪਾਂ ਨਾਲ ਲੱਗ ਕੇ ਸਵਾ ਦਿੰਦੇ ਹਾਂਗੇ। ਵੈਸੇ ਹੁਣ ਤੁਸੀਂ ਦੇਖੋ ਵੀ ਇਹ ਆਪਦੇ ਆਪ ਹੀ ਇਹਦਾ ਸੂਆ ਪੈ ਗਿਆ, ਬੱਚਾ ਸਵੇਰੇ ਸੀ ਜਿਹੜਾ ਬਾਹਰ ਸੀਗਾ, ਜਦੋਂ ਆਪਾਂ ਸਵੇਰੇ ਉੱਠ ਕੇ ਆਏਗੇ ਤਾਂ ਗਾਂ ਸੀ ਜਿਹੜੀ ਚੱਟ ਰਹੀ ਸੀ ਆਪਣੇ ਬੱਚੇ ਨੂੰ। ਅਤੇ ਆਹ ਭਰਾ ਇਹਦਾ ਬੱਚਾ ਹੈਗਾ, ਦੇਖੋ ਇੱਦਾਂ ਦਾ ਇਹਦਾ ਬੱਚਾ।